ਦਲਿਤ ਮੁੜ ਪਰਵੇਸ਼ ਸ੍ਰੀ ਹਰਮੰਦਰ ਸਾਹਿਬਾ 100 ਸਾਲ ਬਾਅਦ ਇਹ ਮੌਕਾ ਮੁੜ ਆਇਆ ਹੈ ਇਸ ਇਤਿਹਾਸਿਕ ਮੌਕੇ ਨੂੰ ਯਾਦ ਕੀਤਾ ਜਾਵੇਗਾ ਇਸ ਦਿਹਾੜੇ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਅੱਜ ਤੋਂ 100 ਸਾਲ ਪਹਿਲਾਂ ਦਲਿਤ ਭਾਈਚਾਰੇ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਲਈ ਵਿੱਢੀਏ ਮੁਹਿੰਮ ਅੱਜ 100 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਪ੍ਰਸੰਗਿਕ ਹੈ ਇਹ ਵੀ ਇੱਕ ਵਡੰਬੜਾ ਹੈ ਅਤੇ ਮਹਾਂਤ ਸ਼ਾਹੀ ਦੇ ਉਸ ਦੌਰ ਵਿੱਚ ਜਦੋਂ ਗੁਰਧਾਮਾਂ ਉੱਪਰ ਮਹਾਂਤਾਂ ਦਾ ਕਬਜ਼ਾ ਸੀ ਦਲਿਤਾਂ ਦਾ ਦਰਬਾਰ ਸਾਹਿਬ ਵਿੱਚ ਦਾਖਲਾ ਵਰਜਿਤ ਸੀ ਅਤੇ ਦਲਿਤ ਭਾਈਚਾਰੇ ਨੂੰ ਅੰਗਰੇਜ਼ੀ ਰਾਜ ਦੌਰਾਨ ਮੁਕੱਦਸ ਥਾਣ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਵਾਉਣ ਲਈ ਜਦੋਂ ਜਹਰ ਕੀਤੀ ਗਈ ਸੀ ਉਹ ਜਦੋਂ ਜਹਹਿਦ ਰੰਗ ਲਿਆਈ ਅਤੇ 12 ਅਕਤੂਬਰ 1920 ਨੂੰ ਵਾਪਰੀ ਉਸ ਘਟਨਾ ਦੀ ਯਾਦ ਵਿੱਚ 12 ਨਵੰਬਰ 2020 ਨੂੰ ਕਟ ਗਿਣਤੀ ਜਥੇਬੰਦੀ Dalit Mud Pravesh Sri Harmandir Sahib ਦੇ ਹਾਲਾ ਮਨਾਉਣ ਜਾ ਰਹੀ ਹੈ Dalit And Minority Organization ਨੇ 100 ਸਾਲ ਪਹਿਲਾਂ ਵਾਪਰੀ ਇੱਕ ਇਤਿਹਾਸਿਕ ਘਟਨਾ Dalit Mud Pravesh Sri Harmandir Sahib ਮਨਾਉਣ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਵੈਬিনার ਵੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿਨ ਦੇ ਡਾਕਟਰ ਭਪਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਜਥੇਬੰਦੀ ਨੇ 100 ਸਾਲ ਪਹਿਲਾਂ ਵਾਪਰੀ ਇਸ ਘਟਨਾ ਦੀ ਯਾਦ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿੱਚ ਡਾਕਟਰ ਰਾਜਕੁਮਾਰ ਹੰਸ ਡਾਕਟਰ ਕਸ਼ਮੀਰ ਸਿੰਘ ਖੁੰਡਾ ਪ੍ਰੋਫੈਸਰ ਮਨੀਸ਼ ਸਿੰਘ ਡਾਕਟਰ ਨਿਰਮਲ ਸਿੰਘ ਡਾਕਟਰ ਜਸਕਰਨ ਸਿੰਘ ਤੇ ਬਲਦੇਵ ਸਿੰਘ ਸ਼ਾਮਲ ਹਨ ਉਹਨਾਂ ਦੱਸਿਆ ਕਿ 12 ਅਕਤੂਬਰ ਨੂੰ ਜਥੇਬੰਦੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕੇਗੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਇਸ ਮਗਰੋਂ ਸ੍ਰੀ ਅਕਾਲ ਤਖਤ ਦੇ ਜਹੇਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ ਸ੍ਰੀ ਮੱਟੂ ਨੇ 100 ਸਾਲ ਪਹਿਲਾਂ اپنی ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਗਰੇਜ਼ ਰਾਜ ਵੇਲੇ ਜਦੋਂ ਦਰਬਾਰ ਸਾਹਿਬ ਤੇ ਮਹੰਤਾਂ ਦਾ ਕਬਜ਼ਾ ਸੀ ਤਾਂ ਉਸਨੇ ਦਲਿਤਾਂ ਨੂੰ ਨਾ ਸਿਰ ਮੱਥਾ ਟੇਕਣ ਤੋਂ ਰੋਕਿਆ ਬਲਕਿ ਉਹਨਾਂ ਦਾ ਕੜਾ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ ਉਹਨਾਂ ਦੱਸਿਆ ਕਿ ਉਸ ਵੇਲੇ ਕੀਤੇ ਗਏ ਸੰਘਰਸ਼ ਮਗਰੋਂ 12 ਅਕਤੂਬਰ 1920 ਨੂੰ ਦਲਿਤਾਂ ਨੂੰ ਮੁੜ ਸ੍ਰੀ ਦਰਬਾਰ ਸਾਹਿਬ ਤੇ ਮੱਥਾ ਟੇਕਣ ਅਤੇ ਕੜਾ ਪ੍ਰਸ਼ਾਦ ਕਰਵਾਉਣ ਦੀ ਪ੍ਰਵਾਨਗੀ ਮਿਲੀ ਸੀ ਜਿਸ ਮਗਰੋਂ ਇਸ ਦਿਨ ਨੂੰ ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਮੰਦਰ ਸਾਹਿਬ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ 4 ਅਕਤੂਬਰ ਤੋਂ 10 ਅਕਤੂਬਰ ਤੱਕ ਵੈਬਿਨਾਰ ਵੀ ਕਰਵਾ ਹਾਂ ਇੱਕ ਵੈਬਿਨਾਰ ਵਿੱਚ ਡਾਕਟਰ ਰਾਜਕੁਮਾਰ ਹੰਸ ਬੜੌਦਾ ਯੂਨੀਵਰਸਿਟੀ ਦੇ ਮਹਾਰਾਜਾ ਸਾਇਆ ਜੀ ਅਤੇ ਹੋਰ ਬੁਲਾ ਰਹੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ। Dalit ਮੁੜ ਪ੍ਰਵੇਸ਼ ਸ੍ਰੀ ਹਰਮੰਦਰ ਸਾਹਿਬ ਦੇ ਹਾੜੇ ਨੂੰ ਮਨਾਉਣ ਦੀ ਸਾਰਥਕਤਾ ਨੂੰ ਸਮਝਣ ਦੀ ਲੋੜ ਹੈ। ਸਮਾਜ ਵਿੱਚ ਊਚ ਨੀਚ ਜਾਤ ਪਾਤ ਦੇ ਖਿਲਾਫ ਜਿਸ ਇਨਕਲਾਬੀ ਸੁਰ ਨਾਲ ਸਿੱਖ ਧਰਮ ਨੇ ਨਵਾਂ ਸਮਾਜ ਸਿਰਜਿਆ ਸੀ ਕੀ ਅਸੀਂ ਗੁਰੂ ਸਾਹਿਬਾਨ ਦੀ ਸੋਚ ਨੂੰ ਅਪਣਾਇਆ ਹੈ? ਅੱਜ ਵੀ ਪੰਜਾਬ ਦੇ ਬਹੁਤੇ ਪਿੰਡ ਤੁਹਾਨੂੰ ਮਿਲ ਜਾਣਗੇ ਜਿੱਥੇ Dalit ਭਾਈਚਾਰੇ ਨਾਲ ਵਿਤਕਰਾ ਹੁੰਦਾ ਹੈ, ਉਹਨਾਂ ਦੇ ਵੱਖਰੇ ਗੁਰਦੁਆਰੇ ਹਨ। ਉਹਨਾਂ ਤੋ ਕਲਾ ਪ੍ਰਸ਼ਾਦ ਪ੍ਰਵਾਹ ਨਹੀਂ ਕੀਤਾ ਜਾਂਦਾ ਉਹਨਾਂ ਦਾ ਦਾਖਲਾ ਵੀ ਕਈ ਥਾਈਂ ਵਰਜਿਤ ਹੈ ਸੋ ਇਹ ਸੋਚ ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਹੀ ਇੱਕ ਹੋਰ ਅਲੰਘਣਾ ਹੈ ਸਿੱਖ ਗੁਰੂਆਂ ਵੱਲੋਂ ਵਿਖਾਏ ਰਾਹ ਨੂੰ ਇਹ ਪਿੱਠ ਵਿਖਾਉਣ ਵਾਂਗ ਹੈ ਖਾਸ ਕਰ ਪੰਜਾਬ ਅੰਦਰ ਜੱਟਵਾਦੀ ਮਾਨਸਿਕਤਾ ਵਿੱਚ ਇਹ ਧੁਰ ਅੰਦਰ ਤੱਕ ਵਸਿਆ ਹੈ ਜਿਸ ਨੂੰ ਬਾਹਰ ਕੱਢਣ ਦੀ ਲੋੜ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ